ਨਾ ਮੇਰੀ ਸੀਟ ਅਨਾਊਂਸ ਕਰਦੇ ਸੀ, ਨਾ ਆਪਦੀ ਕਰਦੇ ਸੀ, ਨਾ ਮਨਪ੍ਰੀਤ ਅਗੇਂਸਟ ਬੋਲਦੇ ਸੀ। ਕਿੰਨੀ ਵਾਰੀ ਟਿਕਟ ਦਿੱਤੀ ਤੁਹਾਨੂੰ? ਦੋ ਵਾਰੀ। ਦੋ ਵਾਰੀ ਟਿਕਟ ਦਿੱਤੀ, ਇੱਕ ਵਾਰੀ ਕੱਟੇ ਜਾਣ 'ਤੇ ਫਿਰ ਨਾਰਾਜ਼ਗੀ ਹੋ ਗਈ। ਕਹਿੰਦੇ ਕੋਈ ਵਿਜੀਲੈਂਸ ਦਾ ਡਰ ਦਿਖਾਇਆ ਗਿਆ ਸਰਕਾਰ ਵੱਲੋਂ, ਅਜਿਹਾ ਵੀ ਕੁਛ? ਆਮ ਆਦਮੀ, ਚਲੋ ਮੇਰੀ ਅੱਜ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ ਆਮ ਆਦਮੀ ਦਾ, ਹੁਣ ਮੈਂ ਵੇਟ ਕਰੂੰਗਾ ਵੀ ਜੇ ਮੈਨੂੰ ਕਿਹਦਾ ਟੈਲੀਫੋਨ। ਉਹ ਕਹਿੰਦੇ ਪਹਿਲਾਂ ਸੁਖਬੀਰ ਨੇ ਦੇ ਸਿਰ ਤੋਂ ਬੱਸਾਂ ਦਾ ਟਰਾਂਸਪੋਰਟ ਚਲਾਇਆ, ਹੁਣ ਭਗਵੰਤ ਮਾਨ ਦੇ ਸਿਰ ਤੋਂ ਚਲਾਉਣ। ਗਿੱਦੜਵੇ ਦੇ ਨਾਲ ਕੋਈ ਡੱਕਾ ਵੀ ਨਹੀਂ ਸੀ ਜਿਹੜੇ ਅੱਜ ਫੋਨ ਕਰ ਰਹੇ ਆ ਮੇਰੀ ਦਿੱਤੇ ਵੀ। ਜੇ ਮੇਰੇ ਮਨ 'ਚ ਕੋਈ ਇਹੋ ਜਿਹਾ ਪਾਪ ਹੁੰਦਾ ਤਾਂ ਮੈਂ ਕਿਉਂ ਲੈ ਕੇ ਆਉਂਦਾ ਸੁਖਬੀਰ ਸਿੰਘ ਬਾਦਲ ਨੂੰ ਆਪਦੇ ਹਲਕੇ 'ਚ? ਕਿਹਨੂੰ ਜਾਂਦੀ ਸੀ ਇੱਥੇ? ਜਿਹੜੇ ਭਗਵੰਤ ਸਿੰਘ ਮਾਨ ਤੁਹਾਡੀਆਂ ਬੱਸਾਂ ਨੂੰ ਲੈ ਕੇ ਟਿੱਚਰਾਂ ਵੀ ਕਰਦੇ ਰਹੇ ਆ, ਅਕਾਲੀ ਦਲ ਦੇ ਵਿੱਚ ਡਿੰਪੀ ਬੰਟੀ ਪਿੰਕੀ ਇਹੋ ਜਿਹੇ ਨਾਵਾਂ ਨੂੰ ਲੈ ਕੇ ਵੀ ਡਿੰਪੀ ਕੋਈ ਪੁਰਾਣਾ ਪਿਆਰ ਸੀ? 4 ਦਿਨ ਪਹਿਲਾਂ ਲੋਕਾਂ ਕੋਲ ਵੀ ਅਸੀਂ ਪੁੱਛਿਆ, ਉਹ ਕਹਿੰਦੇ 4 ਦਿਨ ਪਹਿਲਾਂ ਇਕੱਠੇ ਆਏ ਆ ਸੁਖਬੀਰ ਸਿੰਘ ਬਾਦਲ, ਪਿੱਠ ਵੀ ਥਾਪੜ ਰਿਹਾ ਸੀ ਡਿੰਪੀ ਦੀ, ਕੀ ਥਾਪੜ ਰਹੇ? ਨਹੀਂ ਥਾਪੜ ਰਹੇ ਸੀ ਜੀ, ਪਿੱਠ ਥਾਪੜਨ ਤੇ ਫਿਰ ਤਾਂ ਗੱਲ ਹੀ ਨਿਬੜ ਗਈ ਸੀ, ਫਿਰ ਤਾਂ ਪ੍ਰੋਬਲਮ ਹੀ ਕੋਈ ਨਹੀਂ ਸੀ। ਦਲਜੀਤ ਸਿੰਘ ਚੀਮਾ ਪੋਸਟ ਪਾਉਂਦੇ ਆ, ਬੜੀ ਵੱਡੀ ਪੋਸਟ ਪਾਈ ਹੈ ਕਿ ਉਹ ਕਿਸੇ ਲਾਲਚ ਦੇ ਵਿੱਚ ਜਾ ਕੇ ਨਾ ਜਾਵੇ, ਵਾਪਸ ਆ ਜਾਵੇ, ਸਾਰਾ ਕੁਝ ਉਹੀ ਹੈ। ਡਿੰਪੀ ਢਿੱਲੋਂ ਹੀ ਸਾਡਾ ਲੀਡਰ ਹੈ, ਉਹ ਸਾਰੇ ਕੁਝ ਤੁਹਾਡੇ 'ਤੇ ਸੈੱਟ ਰਹੇ ਹੋ। ਸਰਦਾਰ ਮਨਪ੍ਰੀਤ ਸਿੰਘ ਬਾਦਲ ਕਰਕੇ ਹੀ ਆਹ ਸੀਟ ਹੱਥੋਂ ਗਈ, ਯਾਨੀ ਗਿੱਦੜਵਾ ਕਦੇ ਵੀ ਨਹੀਂ ਅਕਾਲੀ ਦਲ ਹਾਰਦਾ ਸੀ, ਅੱਜ ਫਿਰ ਹਾਰਾਂਗੇ ਉਸੇ ਕਰਕੇ ਹਾਰਾਂਗੇ। ਪਰਿਵਾਰ ਦੇ ਮੋਹਰੇ, ਯਾਰ ਤੋਂ ਪਾਪਾ ਪਾਸੇ ਕਰਤਾ, ਪਰਿਵਾਰ ਦੇ ਮੋਹਰੇ ਲੰਮੀ ਵਫਾਦਾਰੀ ਤੋਂ ਪਾਸੇ। ਬਿਲਕੁਲ, ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੀ ਉਹ ਲੋਕ ਜਿਨ੍ਹਾਂ ਨੇ 2 ਵਾਰੀ ਚੋਣਾਂ ਲੜੀਆਂ ਜਾਂ ਜਿਹੜੇ ਦਾਅਵੇਦਾਰ ਹੈ, ਕੀ ਲੱਗਦਾ ਵੀ ਤੁਹਾਡੇ ਨਾਲ ਆਉਣਗੇ? ਵੀ ਜਦੋਂ ਬਠਿੰਡੇ ਦਾ ਇਲੈਕਸ਼ਨ ਆ ਜਾਂਦਾ ਉਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਚੁੱਪ ਕਰ ਜਾਂਦੇ ਆ, ਉਦੋਂ ਪਰਿਵਾਰ ਆ ਜਾਂਦਾ, ਜਦੋਂ ਕਿਤੇ ਹੋਰ ਕੋਈ ਕੈਂਡੀਡੇਟ ਖੜਾ ਹੁੰਦਾ, ਜੇ ਹੁਣ ਮੈਂ ਹੁਣ ਡਿੰਪੀ ਢਿੱਲੋਂ ਖੜਾ ਹੁੰਦਾ ਫਿਰ ਕੋਈ ਪਰਿਵਾਰ ਨਹੀਂ, ਕੋਈ ਅਕਾਲੀ ਦਲ ਨਹੀਂ, ਫਿਰ ਮੈਂ ਖੜਾ ਹੋਊਂਗਾ। ਲੋਕ ਵਾਈ ਟੀ ਵੀ ਦੇਖ ਰਹੇ ਹੋ ਤੁਸੀਂ, ਮੈਂ ਮਨਿੰਦਰਜੀਤ ਸਿੱਧੂ। ਕੱਲ੍ਹ ਦੀ ਪੰਜਾਬ ਦੀ ਸਿਆਸਤ ਉਦੋਂ ਗਰਮਾ ਗਈ ਜਦੋਂ ਡਿੰਪੀ ਢਿੱਲੋਂ ਗਿੱਦੜਬਾਹਾ ਤੋਂ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਜੁੜੇ ਹੋਣ ਤੋਂ ਅਸਤੀਫਾ ਦੇ ਗਏ। ਉਹਨਾਂ ਦੇ ਅਸਤੀਫੇ ਤੋਂ ਬਾਅਦ ਸਾਰੇ ਪਾਸੇ ਵੱਖ ਵੱਖ ਚਰਚਾਵਾਂ ਛਿੜੀਆਂ ਕਿ ਹੁਣ ਉਹ ਕਿੱਧਰ ਦਾ ਰੁੱਖ ਕਰਨਗੇ। ਕੋਈ ਕਹਿੰਦਾ ਸੀ ਆਮ ਆਦਮੀ ਪਾਰਟੀ, ਕੋਈ ਕਹਿੰਦਾ ਸੀ ਕਾਂਗਰਸ, ਅਤੇ ਕੋਈ ਇਹ ਵੀ ਚਰਚਾ ਸੀ ਕਿ ਘਰ ਵਾਪਸੀ ਵੀ ਹੋ ਸਕਦੀ ਹੈ, ਪਰ ਅੱਜ ਉਹਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਘਰ ਵਾਪਸੀ ਹੁਣ ਨਹੀਂ ਹੋਵੇਗੀ। ਅੱਗੇ ਵਾਲਾ ਰਾਹ ਕਿਹੜਾ ਹੈ, ਕੀ ਉਹ ਰਾਹ ਇਹਨਾਂ ਦੇ ਭਵਿੱਖ ਲਈ ਸਹੀ ਹੈ, ਇਹ ਸਾਰੇ ਵਿਸ਼ੇ 'ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਡਿੰਪੀ ਢਿੱਲੋਂ। ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਜੀ, ਠੀਕ ਹੋ? ਬਿਲਕੁਲ ਠੀਕ ਆ ਜੀ, ਬਿਲਕੁਲ। ਕੀ ਮਤਲਬ, ਵੈਸੇ ਤੁਸੀਂ ਉੱਥੇ 10 ਵੀ ਐਂ ਸਪੀਚਾਂ 'ਚ ਵੀ ਬੋਲ ਚੁੱਕੇ ਹੋ, ਪਰ ਫਿਰ ਵੀ ਮੈਂ ਕੁਛ ਸ਼ਬਦਾਂ 'ਚ, ਮਤਲਬ ਇੱਕ ਚੀਜ਼ ਨਾਲ ਤੁਸੀਂ ਕਿਹਾ ਕਿ 38 ਸਾਲ ਦੇ ਕਰੀਬ ਦਾ ਤੁਹਾਡਾ ਉੱਥੇ ਵਰਕ ਸੀ, ਐਂ ਇੱਕੋ ਦਮ ਇੱਕ ਦਿਨ ਅਸਤੀਫਾ ਆ ਜਾਣਾ, ਇਹ ਇੱਕੋ ਦਮ ਵਾਪਰੀ ਘਟਨਾ ਹੈ ਕਿ ਸਮੇਂ ਸਮੇਂ 'ਤੇ ਸਾਰਾ ਕੁਛ? ਇੱਕੋ ਦਮ ਨੇ ਜੀ, ਕਾਫੀ ਲੰਮੇ ਸਮੇਂ ਤੋਂ ਮੈਂ ਪ੍ਰਧਾਨ ਸਾਹਿਬ ਨੂੰ ਕਹਿੰਦਾ ਆ ਰਿਹਾ ਸੀ ਵੀ ਆਪਾਂ ਨੂੰ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਇੱਥੇ ਖਰਾਬ ਕਰ ਰਹੇ ਆ ਜੀ ਹਲਕੇ ਦੇ ਵਿੱਚ, ਕਿਉਂਕਿ ਦੇਖੋ ਵੋਟ ਉਹੀ ਆ ਅਕਾਲੀ ਦਲ ਦੀ, ਪਹਿਲਾਂ ਵੀ ਉਹਨਾਂ ਕਰਕੇ ਹਾਰੇ ਆ। ਮਨਪ੍ਰੀਤ ਸਿੰਘ ਬਾਦਲ ਸਾਹਿਬ ਪਹਿਲਾਂ ਵੋਟ PPP ਨੂੰ ਲੈ ਕੇ ਅੱਧੀ ਅੱਧੋ ਅੱਧੀ ਹੋ ਗਈ ਅਕਾਲੀ ਦਲ ਦੀ, ਅਤੇ ਕੁਛ ਮਨਪ੍ਰੀਤ ਨੂੰ ਚਲੀ ਗਈ, ਕੁਛ ਅਕਾਲੀ ਦਲ ਨੂੰ ਆ ਗਈ, ਆਪਣੀ ਸੀਟ ਹਾਰ ਗਈ, ਕਾਂਗਰਸ ਜਿੱਤ ਗਈ। ਉਦੋਂ ਬਾਅਦ ਇਹਨਾਂ ਨੇ ਜਿਹੜੇ ਬੰਦੇ ਇਹਨਾਂ ਨਾਲ ਗਏ ਸੀ ਉਹਨਾਂ ਨੂੰ ਚੱਕ ਕੇ ਕਾਂਗਰਸ ਨੂੰ ਜੋੜਤਾ, ਕਿਉਂਕਿ ਉਹ ਕਾਂਗਰਸ ਨਾਲ ਜੁਆਇਨ ਕਰ ਗਏ, ਉੱਧਰ ਜੋੜਤੇ, ਅਕਾਲੀ ਦਲ ਦੀ ਵੋਟ ਘੱਟ ਗਈ, ਫਿਰ ਅਕਾਲੀ ਦਲ ਹਾਰ ਗਿਆ, ਵੋਟ ਤਾਂ ਉਹੀ ਅਕਾਲੀ ਦਲ ਦੀ ਆ ਨਾ। ਉਦੋਂ ਬਾਅਦ ਹੁਣ ਐਕਤੀ ਜਿਹੜੇ ਬੰਦੇ ਇਹਨਾਂ ਨੇ ਜੋੜੇ ਸੀ ਉਹ ਵਾਪਸੀ ਨਹੀਂ ਆਏ, ਉਹ ਕਾਂਗਰਸ 'ਚ ਹੀ ਰਹਿ ਗਏ। ਕਾਂਗਰਸ 'ਚ ਰਹਿਣ ਕਰਕੇ ਚਲੋ ਅਸੀਂ ਫਾਈਟ ਲੜੀ, ਥੋੜ੍ਹੀ ਜਿਹੀ ਵੋਟ 'ਤੇ ਅਸੀਂ ਵੋਟ ਹਾਰ ਗਏ, ਕਿਉਂਕਿ ਐਕਤੀ ਆਮ ਆਦਮੀ ਪਾਰਟੀ ਦੀ ਬੜੀ ਵੇਵ ਸੀ। ਹੁਣ ਪੋਜੀਸ਼ਨ ਸੇਮ ਫੇਅਰ ਕਰ ਰਹੇ ਆ, ਹੁਣ ਅਸੀਂ ਮਤਲਬ ਕਿ ਜੋ ਆਏ ਸੀ ਸਰਵੇ ਵਗੈਰਾ ਉਹ ਬੜੇ ਪੋਜ਼ੀਟਿਵ ਆਏ ਸੀ, ਆਏ ਸੀ ਵੀ ਆਪਾਂ ਸੀਟ ਜਿੱਤ ਲਾਂਗੇ,
ਬੜੇ ਅੱਛੇ ਸਰਵੇ ਆਏ ਸੀ ਸਾਡੇ, ਜੋ ਅਸੀਂ ਕਰਵਾਏ ਸੀ ਆਪਦੇ ਪ੍ਰਾਈਵੇਟ ਤੌਰ 'ਤੇ। ਹੁਣ ਇਹਨਾਂ ਨੇ ਫਿਰ ਲਿਆ ਕੇ ਵਿੱਚ ਉਹੀ, ਮਤਲਬ ਕਿ ਕਦੇ ਉਹਦੇ ਘਰੇ ਵੜ ਗਏ, ਕਦੇ ਉਹਦੇ ਘਰੇ ਵੜ ਗਏ, ਲੋਕਾਂ ਨੂੰ ਭੰਬਲ ਭੁੱਸੇ ਪਾ ਰਹੇ ਸੀ ਵੀ ਮੇਰੀ ਸੁਖਬੀਰ ਬਾਦਲ ਨਾਲ ਇੱਕ ਗੱਲ ਆ, ਅਸੀਂ ਤਾਂ ਘਿਓ ਖਿਚੜੀ ਹਾਂ, ਮੈਂ ਰੋਜ਼ ਗੱਲ ਕਰਦਾ। ਘਰਾਂ 'ਚ ਜਾਂਦੇ ਸੀ, ਜੁਆਇੰਟ ਵੀ ਨਹੀਂ ਕਰਾਉਂਦੇ ਸੀ, ਕਹਿੰਦੇ ਮੈਂ ਲੜੂੰਗਾ ਇਲੈਕਸ਼ਨ, ਕਿਸੇ ਨੂੰ ਕੋਈ ਬਿਆਨ, ਕਿਸੇ ਨੂੰ ਕੋਈ, ਸਾਰੇ ਹਲਕੇ ਨੂੰ ਭੰਬਲ ਭੂਸੇ 'ਚ ਪਾਤਾ ਸੀ। ਮੈਂ ਬੇਨਤੀ ਕੀਤੀ ਸੀ ਸੁਖਬੀਰ ਜੀ ਨੂੰ, ਮੈਂ ਕਿਹਾ ਜੀ ਗੱਲ ਕਲੀਅਰ ਕਰੋ, ਜੇ ਤੁਸੀਂ ਕਲੀਅਰ ਨਹੀਂ ਕਰਨੀ ਫਿਰ ਤੁਸੀਂ ਇਲੈਕਸ਼ਨ ਲੜ ਲਓ, ਮੈਨੂੰ ਕੋਈ ਪ੍ਰੋਬਲਮ ਨਹੀਂ, ਤੁਹਾਡਾ ਭਰਾ ਤੁਸੀਂ ਜਾਣੋ ਉਹ ਜਾਣੋ, ਜੇ ਮੈਨੂੰ ਲੜਾਉਣਾ ਤਾਂ ਫਿਰ ਗੱਲ ਕਲੀਅਰ ਕਰੋ, ਕੋਈ ਗੱਲ ਨਹੀਂ। ਕਹਿੰਦੇ ਮਤਲਬ ਕਿ ਨਾ ਮੇਰੀ ਸੀਟ ਅਨਾਊਂਸ ਕਰਦੇ ਸੀ, ਨਾ ਆਪਦੀ ਕਰਦੇ ਸੀ, ਨਾ ਮਨਪ੍ਰੀਤ ਅਗੇਂਸਟ ਬੋਲਦੇ ਸੀ। ਉਹ ਲੋਕ ਮੈਨੂੰ ਆ ਕੇ ਇਹ ਕਹਿਣ ਲੱਗ ਪਏ, ਮੇਰੇ ਅੰਦਰ ਵੀ ਡਾਊਟ ਚੱਲ ਰਿਹਾ ਸੀ, ਉਹ ਕਹਿੰਦੇ ਕਾਕਾ ਇਹ ਤੇਰੇ ਨਾਲ ਧੋਖਾ ਹੋ ਰਿਹਾ, ਦੋ ਮਤਲਬ ਕਿ ਚੱਕੀ ਦੇ ਪੁੜਾਂ ਦੇ ਵਿਚਾਲੇ ਪਿਸ ਰਹੇ ਹਾਂ। ਇਹਨਾਂ ਭਰਾਵਾਂ ਦੀ ਆਪਸ ਮੇਂ ਅੰਡਰਸਟੈਂਡਿੰਗ ਠੀਕ ਆ ਵੀ ਜਦੋਂ ਬਠਿੰਡੇ ਦਾ ਇਲੈਕਸ਼ਨ ਆ ਜਾਂਦਾ ਉਦੋਂ ਸਰਦਾਰ ਮਨਪ੍ਰੀਤ ਸਿੰਘ ਬਾਦਲ ਸਾਹਿਬ ਚੁੱਪ ਕਰ ਜਾਂਦੇ ਆ, ਉਦੋਂ ਪਰਿਵਾਰ ਆ ਜਾਂਦਾ, ਜਦੋਂ ਕਿਤੇ ਹੋਰ ਕੋਈ ਕੈਂਡੀਡੇਟ ਖੜ੍ਹਾ ਹੁੰਦਾ, ਜੇ ਹੁਣ ਮੈਂ ਹੁਣ ਡਿੰਪੀ ਢਿੱਲੋਂ ਖੜ੍ਹਾ ਹੁੰਦਾ ਫਿਰ ਕੋਈ ਪਰਿਵਾਰ ਨਹੀਂ, ਕੋਈ ਅਕਾਲੀ ਦਲ ਨਹੀਂ, ਫਿਰ ਮੈਂ ਖੜ੍ਹਾ ਹੋਊਂਗਾ। ਮਤਲਬ ਕਿ ਅਕਾਲੀ ਦਲ ਨੂੰ ਢਾਲ ਆ ਰਹਿਣਾ ਬੇਸਿਕਲੀ, ਫਿਰ ਮੈਂ ਕਿਉਂ ਵਿੱਚ ਪਿਸਾਂ ਜੀ? ਮੈਂ ਆਪਦਾ ਰੈਜ਼ਿਗਨੇਸ਼ਨ ਦੇ ਕੇ ਘਰੇ ਬਹਿ ਗਿਆ, ਮੈਂ ਤਾਂ ਘਰੇ ਬੈਠਾ ਸੀ ਆਰਾਮ ਨਾਲ। ਅੱਜ ਵੀ ਜਿਹੜਾ ਇਕੱਠ ਹੋਇਆ ਉੱਥੇ, ਇਹ ਵੀ ਆਪ ਹੀ ਕੀਤਾ ਜੀ, ਮੈਂ ਨਹੀਂ ਕਿਸੇ ਨੂੰ ਟੈਲੀਫੋਨ ਕੀਤਾ, ਲੋਕ ਹੀ ਸਾਰੇ ਇਕੱਠੇ ਹੋ ਕੇ ਆਏ ਆ, ਕਿਉਂਕਿ ਉਹ ਟੈਲੀਫੋਨ ਕਰਨ ਲੱਗ ਪਏ ਵੀ ਅੱਜ 11 ਵਜੇ ਬਾਦਲ ਆਓ। ਉੱਥੇ ਵੀ 150 ਬੰਦਾ ਗਿਆ, ਉਹ ਆਪਦੀ ਆਪ ਹੀ ਲੋਕ ਆਪ ਮਹਾਰੇ ਹੋ ਕੇ ਚੱਲ ਕੇ ਇੱਥੇ ਆ ਗਏ। ਉਹਦੇ ਕਰਕੇ ਮੈਂ ਗਿਆ, ਉਹਨੇ ਫਿਰ ਮੈਨੂੰ ਪੁੱਛਿਆ ਵੀ ਦੱਸੋ ਜੀ ਕੀ ਕਰੋਗੇ, ਸਾਰੀ ਸਥਿਤੀ ਕਲੀਅਰ ਕਰੋ। ਮੈਂ ਫਿਰ ਕਰਤੀ, ਮੈਂ ਕਿਹਾ ਜੀ ਜੋ ਤੁਹਾਡਾ ਹੁਕਮ ਆ, ਹੁਣ ਤੁਸੀਂ ਮੈਨੂੰ ਬੁਲਾਇਆ, ਇੰਨਾ ਪਿਆਰ ਦਿੱਤਾ, ਅਤੇ ਮੈਂ ਤੁਹਾਡੇ ਕਰਕੇ ਹਾਂ ਜੀ ਹੁਣ, ਨਾ ਕਿ ਤੁਸੀਂ ਮੇਰੇ ਕਰਕੇ ਹੋ। ਫਿਰ ਉਹਨਾਂ ਨੇ ਮੈਨੂੰ ਸਾਰਿਆਂ ਨੇ, ਤੁਸੀਂ ਉੱਥੇ ਸੀ ਉਦੋਂ, ਉਹਨਾਂ ਨੇ ਲਾਇਆ ਹੁਕਮ ਵੀ ਆਮ ਆਦਮੀ, ਚਲੋ ਮੇਰੀ ਅੱਜ ਤੋਂ ਪਹਿਲਾਂ ਕੋਈ ਗੱਲ ਨਹੀਂ ਹੋਈ ਆਮ ਆਦਮੀ ਰਹਿਣਾ, ਹੁਣ ਮੈਂ ਵੇਟ ਕਰੂੰਗਾ ਵੀ ਜੇ ਮੈਨੂੰ ਕਿਹਦਾ ਟੈਲੀਫੋਨ ਆਉਂਦਾ, ਹੁਣ ਵੇਟ ਕਰਾਂ। ਵੈਸੇ ਚਰਚੇ ਤੁਹਾਡੇ ਬੜੇ ਲੰਮੇ ਸਮੇਂ ਤੋਂ ਸੀ, ਕਦੇ ਕਹਿੰਦੇ ਸੀ ਡਿੰਪੀ ਢਿੱਲੋਂ ਆ ਚੋਣਾਂ 'ਚ ਨਹੀਂ ਦਿਖ ਰਿਹਾ ਵੀ ਆਮ ਆਦਮੀ ਪਾਰਟੀ ਵੱਲੋਂ ਮੋਹ ਥੋੜ੍ਹਾ ਥੋੜ੍ਹਾ, ਕਹਿੰਦੇ ਲੋਕ ਕਹਿੰਦੇ ਆ ਵੀ ਬੜੇ ਲੰਮੇ ਸਮੇਂ ਤੋਂ ਚੱਲ ਰਿਹਾ ਸੀ, ਕੀ ਇਹ ਸੱਚਾਈ ਹੈ? ਮੈਨੂੰ ਤੁਸੀਂ ਐਂ ਦੱਸੋ ਜੀ, ਮੇਰੇ ਹਲਕੇ 'ਚ 4 ਦਿਨ ਮੈਂ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਪ੍ਰੋਗਰਾਮ ਕਰਵਾਏ, ਅੱਧਾ ਲੰਬੀ ਹਲਕਾ ਮੈਂ ਆਪਦੇ ਹਲਕੇ 'ਚ ਲਵਾਈ ਬੈਠਾ, ਕਿਸੇ ਨੂੰ ਕਿਸੇ ਪਿੰਡ 'ਚ ਬਿਠਾਇਆ ਹੋਇਆ, ਕਿਸੇ ਨੂੰ ਕਿਸੇ ਪਿੰਡ 'ਚ ਬਿਠਾਇਆ ਹੋਇਆ, ਸਾਰੀਆਂ ਲਿਸਟਾਂ, ਵੋਟਰ ਲਿਸਟਾਂ, ਮੇਰੇ ਬੰਦਿਆਂ ਦੇ ਲਿਸਟਾਂ, ਟੈਲੀਫੋਨ ਨੰਬਰ, ਇੱਕ ਇੱਕ ਚੀਜ਼ ਤਾਂ ਮੈਂ ਇਹਨਾਂ ਨੂੰ ਹੈਂਡ ਓਵਰ ਕਰਤੀ ਜੀ। ਇਹਨਾਂ ਦਾ ਬੰਦਾ OST ਮੇਰੇ ਆਫਿਸ ਦਾ ਇੰਚਾਰਜ ਬਣਾਇਆ, ਮੈਂ ਸੱਦ ਕੇ ਬਿਠਾਇਆ ਖੁਦ, ਕਿ ਮੇਰੇ ਮਨ 'ਚ ਬਾਈ ਜੀ ਬੇਈਮਾਨੀ ਹੁੰਦੀ, ਮੈਂ ਉਹਦੇ ਭੱਜ ਜਾਂਦਾ, ਮੈਂ ਇਹਨਾਂ ਨੂੰ ਦਿੰਦਾ ਹੀ ਕਿਉਂ ਸਾਰਾ ਕੁਛ? ਇਹਨਾਂ ਕੋਲ ਕੀ ਸੀ? ਗਿੱਦੜਵੇ ਇਹਨਾਂ ਕੋਲ ਡੱਕਾ ਵੀ ਨਹੀਂ ਸੀ, ਜਿਹੜੇ ਅੱਜ ਫੋਨ ਕਰ ਰਹੇ ਆ ਮੇਰੇ ਦਿੱਤੇ ਵੀ ਆ ਜੀ। ਮੇਰੇ ਮਨ 'ਚ ਕੋਈ ਇਹੋ ਜਿਹਾ ਪਾਪ ਹੁੰਦਾ ਤਾਂ ਮੈਂ ਕਿਉਂ ਲੈ ਕੇ ਆਉਂਦਾ ਸੁਖਬੀਰ ਸਿੰਘ ਬਾਦਲ ਨੂੰ ਆਪਦੇ ਹਲਕੇ 'ਚ? ਤੁਸੀਂ ਦੱਸ ਦਿਓ ਕਿਹਨੂੰ ਜਾਂਦੇ ਸੀ ਇੱਥੇ? ਇਹ ਮੇਰੇ ਮਨ 'ਚ ਕੋਈ ਨਹੀਂ ਸੀ। 4 ਦਿਨ ਪਹਿਲਾਂ ਤੁਸੀਂ ਕਿਹਾ ਗਿਆ, 4 ਦਿਨ ਪਹਿਲਾਂ ਲੋਕਾਂ ਕੋਲ ਵੀ ਅਸੀਂ ਪੁੱਛਿਆ, ਉਹ ਕਹਿੰਦੇ 4 ਦਿਨ ਪਹਿਲਾਂ ਇਕੱਠੇ ਆਏ ਆ ਸੁਖਬੀਰ ਸਿੰਘ ਬਾਦਲ, ਪਿੱਠ ਵੀ ਥੱਪੜ ਰਿਹਾ ਸੀ ਡੈਮਪੀ ਦੀ, ਕੀ ਥੱਪੜ ਰਹੇ? ਨਹੀਂ ਥੱਪੜ ਰਹੇ ਸੀ ਜੀ, ਪਿੱਠ ਥੱਪੜਨ 'ਤੇ ਫਿਰ ਤਾਂ ਗੱਲ ਹੀ ਨਿਬੜ ਗਈ ਸੀ, ਫਿਰ ਤਾਂ ਪ੍ਰੋਬਲਮ ਹੀ ਕੋਈ ਨਹੀਂ ਸੀ, ਫਿਰ ਤਾਂ ਕੋਈ ਦਿੱਕਤ ਹੀ ਨਹੀਂ ਸੀ, ਰੌਲਾ ਤਾਂ ਆਹੀ ਸੀ ਨਾ, ਨਾ ਮੇਰੀ ਪਿੱਠ ਥੱਪੜਦੇ ਸੀ, ਨਾ ਆਪਦਾ ਅਨਾਊਂਸ ਕਰਦੇ ਸੀ, ਨਾ ਉਹਦੇ ਅਗੇਂਸਟ ਬੋਲਦੇ ਸੀ, ਗੋਲ ਗੱਲ ਕਰਦੇ ਸੀ। ਕਿੰਨੀ ਵਾਰੀ ਟਿਕਟ ਦਿੱਤੀ ਆ ਤੁਹਾਨੂੰ ਉਹਨਾਂ ਨੇ? ਦੋ ਵਾਰੀ ਟਿਕਟ ਦਿੱਤੀ, ਇੱਕ ਵਾਰੀ ਕੱਟੇ ਜਾਣ 'ਤੇ ਫਿਰ ਨਾਰਾਜ਼ਗੀ ਹੋ ਗਈ? ਨਹੀਂ, ਨਾਰਾਜ਼ਗੀ ਵਾਲੀ ਗੱਲ ਨਹੀਂ ਸੀ, ਤੁਸੀਂ ਮੇਰੀ ਗੱਲ ਨੂੰ ਗਲਤ ਲੈ ਰਹੇ ਹੋ, ਮੈਂ ਟਿਕਟ ਕੱਟੀ ਪਿੱਛੇ ਨਹੀਂ ਨਾਰਾਜ਼ ਹੋਇਆ, ਇਸ ਗੱਲ ਪਿੱਛੇ ਨਹੀਂ ਮੈਂ ਨਾਰਾਜ਼ ਹੋਇਆ, ਮੈਂ ਓਪਨਲੀ ਕਹਿ ਕੇ ਆਇਆ, ਮੈਂ ਕਿਹਾ ਜੀ ਜੇ ਤੁਸੀਂ ਮਨਪ੍ਰੀਤ ਬਾਦਲ ਦੇ ਖਿਲਾਫ਼ ਨਹੀਂ ਬੋਲਣਾ, ਤੁਸੀਂ ਆਪ ਇਲੈਕਸ਼ਨ ਲੜ ਲਓ, ਮੈਨੂੰ ਕੋਈ ਇਤਰਾਜ਼ ਨਹੀਂ। ਇਸ ਗੱਲ ਪਿੱਛੇ ਨਾਰਾਜ਼ਗੀ ਹੋਈ ਆ, ਟਿਕਟ ਮੈਂ ਉਹਨਾਂ ਨੂੰ ਉੱਥੇ ਜਾ ਕੇ ਕਹਿ ਕੇ ਆਇਆ ਸੀ ਬਾਦਲ ਸਾਹਿਬ ਨੂੰ, ਮੈਂ ਕਿਹਾ ਜੀ ਤੁਸੀਂ ਇਲੈਕਸ਼ਨ ਲੜੋ, ਤੁਹਾਨੂੰ ਆਉਣ ਦੀ ਵੀ ਲੋੜ ਨਹੀਂ, ਮੈਂ
ਵੱਧ ਚੜ੍ਹ ਕੇ ਕੰਮ ਕਰੂੰਗਾ, ਤੁਹਾਡੇ ਖਾਤਰ ਕਰੂੰਗਾ। ਇਹ ਨਹੀਂ ਮੇਰੀ ਕੋਈ ਇੱਛਾ, ਮੇਰੀ ਅੱਜ ਵੀ ਕੋਈ ਇੱਛਾ ਨਹੀਂ ਟਿਕਟ ਦੀ। ਲੱਗ ਰਿਹਾ ਇੱਕ ਪਾਸੇ ਬਗਾਵਤੀ ਸੁਰਾਂ ਅਕਾਲੀ ਦਲ 'ਚ ਲੰਮੇ ਸਮੇਂ ਤੋਂ, ਕਦੇ ਕੋਈ ਛੱਡ ਜਾਂਦਾ, ਕੋਈ ਇੱਕ ਧੜਾ ਬਰਾਬਰ ਬਾਗੀ ਧੜਾ ਖੜਾ ਹੋ ਚੁੱਕਿਆ। ਕੀ ਲੱਗਦਾ ਤੁਹਾਨੂੰ, ਵੀ ਲੱਗਦਾ ਵੀ ਅਕਾਲੀ ਦਲ ਹੁਣ ਰਿਵਾਈਵ ਨਹੀਂ ਹੋਣਾ, ਉੱਠਣਾ ਨਹੀਂ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਡਾਊਨ ਹੀ ਜਾਵੇਗਾ, ਇਸੇ ਕਰਕੇ ਕੋਈ ਮਨ ਦੇ ਵਿੱਚ ਮਾੜਾ ਮੋਟਾ ਤਾਂ ਚੱਲਦਾ ਹੀ ਰਹਿੰਦਾ ਕਿ ਯਾਰ ਲੱਗਦਾ ਹੁਣ ਭਵਿੱਖ ਤਾਂ ਕੋਈ ਲੱਗ ਨਹੀਂ ਰਿਹਾ, ਕਿਸੇ ਹੋਰ ਪਾਸੇ ਵੀ ਦੇਖਿਆ ਜਾ ਸਕਦਾ? ਨਹੀਂ ਭਾਈ ਸਾਹਿਬ, ਜੇ ਇਹ ਚੀਜ਼ ਵੇਖ ਕੇ ਜਾਣਾ ਹੁੰਦਾ ਮੈਂ ਪਹਿਲੀ ਇੰਝ ਭੱਜ ਜਾਂਦਾ। ਮੈਂ ਤਾਂ ਇਹ ਚੀਜ਼, ਅਸੀਂ ਤਾਂ ਜਿਹਨੂੰ ਕਹਿੰਦੇ ਹੁੰਦੇ ਨਾ ਡਾਏ ਹਾਰਡ ਸਪੋਰਟਰ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਦੇ, ਇਹ ਜਿਉਣਾ ਮਰਨਾ ਨਾਲ ਹੀ ਆ, ਕਦੇ ਇਹਨਾਂ ਨੂੰ ਛੱਡਣਾ ਹੀ ਨਹੀਂ, ਨਾਲ ਹੀ ਜਾਣਾ। ਇਸ ਮਤਲਬ ਕਿ ਪੁਜੀਸ਼ਨ ਤੱਕ ਅਸੀਂ ਨਾਲ ਇਹਨਾਂ ਦੇ ਲੱਗੇ ਹੋਏ ਸੀ, ਪਰ ਹੁਣ ਇੱਥੇ ਆ ਕੇ ਇਹੀ ਕਹੂੰਗਾ, ਨਜ਼ਰ ਲੱਗ ਗਈ ਸਾਡੇ ਪਿਆਰ ਨੂੰ। ਕੀ ਲੱਗਦਾ ਪਰਿਵਾਰ ਦੇ ਮੋਹਣੇ, ਯਾਰ ਤੋਂ ਆਪਾਂ ਪਾਸੇ ਕਰਤਾ, ਪਰਿਵਾਰ ਦੇ ਮੋਹਣੇ ਲੰਮੀ ਵਫਾਦਾਰੀ ਤੋਂ ਪਾਸੇ ਕਰਤਾ? ਬਿਲਕੁਲ ਬਿਲਕੁਲ ਬਿਲਕੁਲ, ਪਹਿਲਾਂ ਵੀ ਇਹਨਾਂ ਨੇ ਫਰਕ ਪਾਇਆ ਸੀ, ਸਰਦਾਰ ਮਨਪ੍ਰੀਤ ਸਿੰਘ ਬਾਦਲ ਕਰਕੇ ਹੀ ਆਹ ਸੀਟ ਹੱਥੋਂ ਗਈ, ਯਾਨੀ ਗਿੱਦੜਵਾ ਕਦੇ ਵੀ ਨਹੀਂ ਅਕਾਲੀ ਦਲ ਹਾਰਦਾ ਸੀ। ਮੈਂ ਅੱਜ ਵੀ ਕਹਿਣਾ ਅੱਜ ਫਿਰ ਹਾਰਾਂਗੇ, ਉਸੇ ਕਰਕੇ ਹਾਰਾਂਗੇ। ਅਕਾਲੀ ਦਲ ਦੀ ਦਲਜੀਤ ਸਿੰਘ ਚੀਮਾ ਪੋਸਟ ਪਾਉਂਦੇ ਆ ਕਿ ਡਿੰਪੀ ਢਿੱਲੋਂ ਨੂੰ ਉਹ ਸਾਡਾ ਉਮੀਦਵਾਰ ਵੀ ਹੋਵੇਗਾ, ਸਭ ਕੁਝ ਹੋਵੇਗਾ, ਬੜੀ ਵੱਡੀ ਪੋਸਟ ਪਾਈ ਹੈ ਕਿ ਉਹ ਕਿਸੇ ਲਾਲਚ ਦੇ ਵਿੱਚ ਜਾ ਕੇ ਨਾ ਜਾਵੇ, ਵਾਪਸ ਆ ਜਾਵੇ, ਸਾਰਾ ਕੁਝ ਉਹੀ ਹੈ, ਡਿੰਪੀ ਢਿੱਲੋਂ ਹੀ ਸਾਡਾ ਲੀਡਰ ਹੈ, ਉਹ ਸਾਰੇ ਕੁਝ ਤੁਹਾਡੇ 'ਤੇ ਸੈੱਟ ਰਿਹਾ। ਭਾਈ ਸਾਹਿਬ ਮੈਨੂੰ ਕਾਹਦਾ ਲਾਲਚ ਹੈ ਜੀ, ਤੁਸੀਂ ਦੱਸ ਦਿਓ ਮੈਨੂੰ ਕੀ ਲਾਲਚ? ਕੈਬਨਿਟ ਮੰਤਰੀ ਤਾਂ ਆ ਗਿਆ ਹੋਇਆ। ਬਿਲਕੁਲ, ਮੈਂ ਓਪਨਲੀ ਕਹਿ ਕੇ ਆਇਆ ਜੀ ਵੀ ਮੈਨੂੰ ਸਵਾਏ ਮੇਰੇ ਹਲਕੇ ਦੇ ਕੰਮਾਂ ਤੋਂ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਕਿਉਂਕਿ ਰੱਬ ਦਾ ਦਿੱਤਾ ਸਾਰਾ ਕੁਛ ਆ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਕੀ ਲੱਗਦਾ ਮਤਲਬ ਜੇਕਰ ਤੁਸੀਂ ਆਮ ਆਦਮੀ ਪਾਰਟੀ ਜਾਂਦੇ ਹੋ, ਬਾਈ ਇਲੈਕਸ਼ਨ ਆ ਰਿਹਾ, ਤੁਹਾਨੂੰ ਉਮੀਦਵਾਰ ਵੀ ਉਤਾਰਦੇ ਆ, ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੀ ਉਹ ਲੋਕ ਜਿਨ੍ਹਾਂ ਨੇ ਦੋ ਵਾਰੀ ਚੋਣਾਂ ਲੜੀਆਂ ਜਾਂ ਜਿਹੜੇ ਦਾਅਵੇਦਾਰ ਹੈ, ਕੀ ਲੱਗਦਾ ਵੀ ਤੁਹਾਡੇ ਨਾਲ ਆਉਣਗੇ? ਕੀ ਕਹਿ ਸਕਦੇ ਹਾਂ, ਤੁਹਾਡੇ ਕੋਲ ਆਪਦਾ ਕੇਟਰੀ ਹੈਗਾ? ਨਹੀਂ, ਖੈਰ ਦੇਖੋ ਉਹਨਾਂ ਦੇ ਸਪੋਰਟ ਬਿਨਾਂ, ਇਹ ਮੈਂ ਓਪਨਲੀ ਕਹੂੰਗਾ, ਦੇਖੋ ਮੇਰੇ ਕੋਲ ਆਪਦਾ ਕੈਡਰ ਵੀ ਹੈ, ਪਰ ਆਮ ਆਦਮੀ ਪਾਰਟੀ ਦੀ ਸਪੋਰਟ ਬਿਨਾਂ ਔਖਾ ਜਿੱਤਣਾ, ਮੈਂ ਤੁਹਾਨੂੰ ਐਵੇਂ ਕਹਾਂ ਵੀ ਮੈਂ ਇਕੱਲਾ ਜਿੱਤ ਲੂੰਗਾ, ਨਹੀਂ, ਉਹਨਾਂ ਦਾ ਸਾਥ, ਉਹਨਾਂ ਨੂੰ ਘਰ ਜਾ ਕੇ ਮਨਾਵਾਂਗੇ, ਹਜੇ ਤਾਂ ਮੈਨੂੰ ਹੀ ਨਹੀਂ ਸ਼ਾਮ ਲੱਗੀ ਤਾਂ ਪਤਾ ਨਹੀਂ ਕਰਨਗੇ ਕਿ ਨਾ, ਹਜੇ ਤਾਂ ਗੱਲਾਂ ਹੀ ਆ ਨਾ ਜੀ, ਮੇਰੀ ਕਿਹੜਾ ਕਿਸੇ ਨਾਲ ਕੋਈ ਗੱਲ ਹੋਈ ਹੈ ਹਜੇ ਤਾਂ, ਜੇ ਉਹਨਾਂ ਨੇ ਮੈਨੂੰ ਉੱਥੇ ਕਿਹਾ ਮੈਨੂੰ ਫੋਨ ਆ ਰਹੇ ਆ, ਫੋਨ ਮੈਨੂੰ ਰਾਤ ਦੇ ਹੀ ਆਉਣ ਲੱਗੇ ਆ, ਤੁਹਾਨੂੰ ਸਹੀ ਗੱਲ ਦੱਸਾਂ, ਸਾਵੇਂ ਬੰਦੇ ਨਾਲ ਨਹੀਂ ਕਿਸੇ ਨਾਲ ਗੱਲ ਹੋਈ, ਠੀਕ ਆ, ਜਿਹੜੇ MLAs ਵਗੈਰਾ ਜਾਂ ਲੋਕ ਥੱਲੇ ਵਾਲੇ ਜਿਹੜੇ ਲੈਵਲ ਦੇ ਬੰਦੇ ਆ ਉਹਨਾਂ ਨਾਲ ਫੋਨ 'ਤੇ ਗੱਲ ਹੋ ਰਹੀ ਹੈ ਵੀ ਬਾਈ ਜੀ ਤੁਸੀਂ ਉੱਧਰ ਤਾਂ ਰੈਜ਼ਿਗਨੇਸ਼ਨ ਦਿੱਤਾ, ਸਾਨੂੰ ਜੁਆਇਨ ਕਰ ਲਓ, ਪਰ ਮੈਂ ਕਿਹਾ ਕੋਈ ਨਹੀਂ ਜੀ, ਹਜੇ ਸਾਡਾ ਅੰਦਰਲਾ ਮਤਲਬ ਪਾਰਟੀ ਦਾ ਚੱਲ ਰਿਹਾ, ਪਹਿਲਾਂ ਮੈਂ ਪਬਲਿਕ ਦੀ ਰਾਏ ਲਊਂਗਾ, ਪਰ ਮੇਰੀ ਸੁਬਹਾ ਤੱਕ ਇੱਛਾ ਇਹ ਸੀ ਵੀ ਮੈਂ ਸਾਰਿਆਂ ਤੋਂ ਮਾਫ਼ੀ ਮੰਗ ਕੇ ਆਪਦੇ ਘਰ ਬੈਠਾ ਆਰਾਮ ਨਾਲ, ਮੈਂ ਕਿਸੇ ਪਾਸੇ ਨਹੀਂ ਜਾਊਂਗਾ, ਪਰ ਅੱਜ ਜਿਹੜੇ ਹਿਸਾਬ ਨਾਲ ਉੱਥੇ ਲੋਕ ਇਕੱਠੇ ਹੋ ਗਏ ਉਹ ਹਿਸਾਬ ਨਾਲ ਫਿਰ ਮੈਂ ਮਜਬੂਰ ਹੋ ਗਿਆ ਜੀ, ਕਿਸੇ ਨਾ ਕਿਸੇ ਪਾਸੇ ਤੁਰਨਾ ਹੀ ਪੈਣਾ। ਕੀ ਲੱਗਦਾ ਜਿਹੜੇ ਭਗਵੰਤ ਸਿੰਘ ਮਾਨ ਤੁਹਾਡੀਆਂ ਬੱਸਾਂ ਨੂੰ ਲੈ ਕੇ ਟਿੱਚਰਾਂ ਵੀ ਕਰਦੇ ਰਹੇ ਆ, ਅਕਾਲੀ ਦਲ ਦੇ ਵਿੱਚ ਡਿੰਪੀ, ਬੰਟੀ, ਪਿੰਕੀ, ਇਹੋ ਜਿਹੇ ਨਾਵਾਂ ਨੂੰ ਲੈ ਕੇ ਵੀ ਚੈਂਚ ਨਹੀਂ ਕਦੇ ਲਿਆ ਉਹਨਾਂ ਨੇ, ਡਿੰਪੀ ਨਹੀਂ, ਕੋਈ ਪੁਰਾਣਾ ਪਿਆਰ ਸੀਗਾ ਇੱਥੇ ਮੇਰੇ ਕੋਲ ਤਾਂ ਰਹਿੰਦੇ ਰਹੇ ਮਾਨ ਸਾਹਿਬ, ਮੇਰੇ ਕੋਲ ਤਾਂ ਰਹਿ ਕੇ ਗਏ 15 ਦਿਨ ਇੱਥੇ, ਮੇਰੇ ਘਰ ਹੀ ਰਹਿ ਕੇ ਗਏ ਮਾਨ ਸਾਹਿਬ, ਉਹੀ ਘਰ ਆ। ਬੱਸਾਂ ਨੂੰ ਤੁਹਾਡੀਆਂ ਨੂੰ ਕਹਿੰਦੇ ਰਹੇ? ਨਾ, ਮੇਰੀਆਂ ਬੱਸਾਂ ਨੂੰ ਨਹੀਂ ਕਦੇ ਗਿਆ, ਮਤਲਬ ਇਹਦਾ ਪਿਆਰ ਤਾਂ ਲੰਮੇ ਸਮੇਂ ਦਾ? ਨਹੀਂ, ਪਿਆਰ ਨਹੀਂ ਜੀ, ਹੈ ਹੀ ਸਾਰਾ ਕੰਮ ਇੱਕ ਨੰਬਰ ਦਾ ਕਹਿਣਗੇ ਕੀ ਜੀ, ਅੱਗੇ ਵੜਿੰਗ ਸਾਹਿਬ ਨੇ ਵੀ ਜ਼ੋਰ ਲਾ ਹੀ ਲਿਆ ਇਹਨਾਂ ਨੂੰ ਬੰਦ ਕਰਨ ਵਾਸਤੇ, ਉਹਨੂੰ ਕੁਛ ਨਹੀਂ ਥਿਆ। ਉਹ ਇੱਕ ਗੱਲ ਇਹ ਵੀ ਚਰਚਾ ਜੀ, ਕਹਿੰਦੇ ਲੋਕਾਂ 'ਚ ਵੀ ਗੱਲ ਹੋਈ, ਉਹ ਕਹਿੰਦੇ ਪਹਿਲਾਂ ਸੁਖਬੀਰ ਨੇ ਤੇ ਸਿਰ ਤੋਂ ਬੱਸਾਂ ਦਾ ਟਰਾਂਸਪੋਰਟ ਚਲਾਇਆ, ਹੁਣ ਭਗਵੰਤ ਮਾਨ ਦੇ ਸਿਰ ਤੋਂ ਚਲਾਉਣਗੇ, ਕੀ ਸੱਚਾਈ ਹੈ ਜੀ? ਸੁਖਬੀਰ ਜੀ ਨੇ ਪੁੱਛ ਲਓ ਮੈਨੂੰ ਕੀ ਦਿੱਤਾ ਲਾਸਟ ਸਰਕਾਰ ਦੇ ਵਿੱਚ,
ਉਹਨਾਂ ਨੂੰ ਐਂ ਪੁੱਛ ਲਿਓ ਗਿਣ ਕੇ ਵੀ ਮੈਨੂੰ ਕਿੰਨੇ ਪਰਮਿਟ ਦਿੱਤੇ, ਉਹੀ ਦੱਸ ਦੇਣਗੇ ਤੁਹਾਨੂੰ। ਹਰ ਕੰਮ ਜਿਹੜਾ ਕੋਈ ਆਮ ਜ਼ਿਮੀਂਦਾਰ ਆ, ਜਿਹੜਾ 10 ਕਿੱਲੇ ਵਾਲਾ ਜ਼ਿਮੀਂਦਾਰ 100 ਕਿੱਲਾ ਬਣਾ ਲੈਂਦਾ, ਉਹਦੇ 'ਚ ਆਪਣਾ ਸੁਖਬੀਰ ਬਾਦਲ ਦਾ ਹੱਥ ਹੁੰਦਾ ਨਹੀਂ ਹੁੰਦਾ ਨਾ। ਹਾਂ ਠੀਕ ਆ, ਮੈਨੂੰ ਸਪੋਰਟ ਬਹੁਤ ਰਹੀ ਹੈ ਇਹਦੀ, ਇਹ 'ਚ ਕੋਈ ਦੁਰਾ ਨਹੀਂ, ਬਾਦਲ ਸਾਹਿਬ ਵੀ ਸਪੋਰਟ ਰਹੀ ਆ, ਮੇਰਾ ਪਿਆਰ ਕਰਦੇ ਸੀ। ਉਹ ਹੁੰਦਾ ਨਾ ਇੱਕ ਦਬਦਬਾ ਹੁੰਦਾ ਆਸੇ ਪਾਸੇ ਅਫਸਰਾਂ 'ਚ, ਪਰ ਐਂ ਨਹੀਂ ਵੀ ਮੈਂ ਕੋਈ ਆਊਟ ਆਫ ਦੀ ਵੇ ਜਾ ਕੇ ਇਹਨਾਂ ਤੋਂ ਕੰਮ ਲਿਆ, ਇਹ ਨਹੀਂ ਲਿਆ ਇੱਕ ਵੀ, ਕਾਨੂੰਨ ਦੇ ਦਾਇਰੇ 'ਚ ਰਹਿ ਕੇ ਕੰਮ ਕੀਤਾ। ਔਰ ਜ਼ਿਆਦਾਤਰ ਅਸੀਂ ਮੁੱਲ ਲਏ ਆ ਪਰਮਿਟ, ਇਸ ਸਾਰੇ ਓਪਰੇਟਰਾਂ ਨੂੰ ਪਤਾ, ਜਿਹਨੂੰ ਮਰਜ਼ੀ ਪੁੱਛ ਲਓ, ਕਦੇ ਕਿਸੇ ਨੇ ਧੱਕਾ ਨਹੀਂ ਕੀਤਾ। ਇੱਕ ਵੀ ਮਤਲਬ ਗੱਲ ਅਸੀਂ ਤੁਹਾਡੇ ਤੋਂ ਹੀ ਪੁਖਤਾ ਕਰਾਂਗੇ, ਕਹਿੰਦੇ ਕੋਈ ਵਿਜੀਲੈਂਸ ਦਾ ਡਰ ਦਿਖਾਇਆ ਗਿਆ ਸਰਕਾਰ ਵੱਲੋਂ, ਅਜਿਹਾ ਵੀ ਕੁਛ? ਮੇਰੇ ਕੋਲ ਕਿਹੜਾ ਕੋਈ ਆਪਣਾ ਭਾਈ ਸਾਹਿਬ ਸਰਕਾਰੀ ਅਹੁਦਾ ਸੀ ਜਿਹੜਾ ਮੈਨੂੰ ਵਿਜੀਲੈਂਸ ਪੜ੍ਹ ਲਊ, ਮੇਰੇ ਕੋਲ ਤਾਂ ਕੁਛ ਹੈ ਹੀ ਨਹੀਂ ਸੀ, ਮੈਨੂੰ ਡਰ ਕਾਹਦਾ ਵਿੱਚ, ਨਾਲੇ ਜੇ ਵੀ ਜੇ ਡਰ ਹੁੰਦਾ ਵਿਜੀਲੈਂਸ ਦਾ, ਫਿਰ ਮੈਂ ਕਿਉਂ ਪ੍ਰੋਗਰਾਮ ਬਣਾਉਂਦਾ, ਫਿਰ ਮੈਂ ਪਹਿਲਾਂ ਹੀ ਭੱਜ ਜਾਂਦਾ ਜੀ। ਸਾਰਾ ਕੁਛ ਤਾਂ ਮੈਂ ਇਹਨਾਂ ਨੂੰ ਹੈਂਡ ਓਵਰ ਕਰ ਰੱਖਿਆ, ਮੇਰਾ ਆਫਿਸ ਤਾਂ ਸਾਰਾ ਇਹ ਚਲਾਉਂਦੇ ਆ, ਮੈਂ ਕਿਉਂ ਭੱਜਦਾ? ਜਿਹੜੇ 4 ਦਿਨ ਤੁਸੀਂ ਪ੍ਰਚਾਰ ਦੇ ਨਾਲ ਗਏ, ਉਹਨਾਂ 'ਚ ਵੀ ਕਦੇ 100 ਹੱਥ ਰੱਸਾ ਅਤੇ ਸਿਰੇ 'ਤੇ ਗੰਢ, ਨਾ ਮੈਂ ਡਰਾਂ ਨਾ ਮੈਂ ਡਰਿਆ ਕਿਸੇ ਤੋਂ, ਉਹ ਤੋਂ ਡਰਦਾ ਇਕੱਲੇ ਮਾਲਕ ਤੋਂ, ਹੋਰ ਨਹੀਂ ਕਿਸੇ ਤੋਂ ਡਰਿਆ। ਇੱਕੋ ਹੀ ਗੱਲ ਆ, ਓਪਨਲੀ ਕਹਿਣਾ, ਸਰਦਾਰ ਮਨਪ੍ਰੀਤ ਸਿੰਘ ਬਾਦਲ ਕਰਕੇ ਸਾਡਾ ਫਰਕ ਪਿਆ, ਮੈਨੂੰ ਇਹ ਗਲਤ ਫਹਿਮੀ ਮੇਰੇ ਮਨ 'ਚ ਬੈਠੀ ਆ। ਸੁਖਬੀਰ ਜੀ ਨੇ ਉਸਨੂੰ ਕੰਡੈਮ ਨਹੀਂ ਕੀਤਾ, ਮੇਰੇ ਮਨ 'ਚ ਇਹ ਜੱਜ ਗਈ ਵੀ ਇਹ ਮੇਰੇ ਨਾਲ ਧੋਖਾ ਹੋ ਰਿਹਾ, ਸਿੰਪਲ ਜੀ ਗੱਲ, ਇਹਨੂੰ ਜਿਵੇਂ ਮਰਜ਼ੀ ਘੁਮਾਈ ਜਾਓ। ਅੱਛਾ ਇੱਕ ਆਖਰੀ ਸਵਾਲ, ਇੱਕ ਤਾਂ ਹੁੰਦਾ ਬੰਦਾ ਆਪਦੀਆਂ ਮੰਗਾਂ ਕੁਝ ਰੱਖ ਕੇ ਵੀ ਕੈਬਨਿਟ ਮੰਤਰੀ, ਤੁਹਾਡੀਆਂ ਕੀ ਮੰਗਾਂ ਹੋਣਗੀਆਂ ਜੇ ਸ਼ਰਤਾਂ ਜਿਵੇਂ ਉੱਥੇ ਵੀ ਤੁਸੀਂ ਗੱਲ ਕੀਤੀ ਹੈ ਵੀ ਕੀ ਲੋਕਾਂ ਲਈ ਕੀ ਲੈ ਕੇ ਜਾਓ? ਓਪਨਲੀ ਕਹੂੰਗਾ ਜੀ ਮੈਂ ਸਟੇਜ 'ਤੇ, ਜੇ ਮੈਨੂੰ ਇਹਨਾਂ ਨੇ ਸ਼ਾਮਿਲ ਕੀਤਾ, ਓਪਨਲੀ ਕਹਿ ਕੇ ਨਾਲ ਰਲੂੰਗਾ ਵੀ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਜੋ ਲੈਣਾ ਮੈਂ ਆਪਦੇ ਹਲਕੇ ਵਾਸਤੇ ਲੈਣਾ। ਜਿਵੇਂ ਤੁਸੀਂ ਉੱਥੇ ਗੱਲਾਂ ਕੁਝ ਰੱਖ ਰਹੇ ਸੀ ਸ਼ਹਿਰ ਦੀਆਂ, ਇੱਕ ਲਾਈਨਾਂ ਜਿਹੜੀਆਂ ਪਾਈਪ ਲਾਈਨਾਂ ਲੋਕ ਕਹਿ ਰਹੇ ਆ, ਸਾਰੀਆਂ ਕਰਾਊਂਗਾ ਜੀ, ਸਾਰੀਆਂ ਕਰਾਊਂਗਾ, ਉਹੀ ਕਰਾਊਂਗਾ, ਆਪ ਕੁਛ ਨਹੀਂ ਲੈਣਾ ਮੈਂ, ਮੇਰੇ ਕੋਲ ਤਾਂ ਰੱਬ ਦੇ ਤਾਂ ਬਹੁਤ ਆ ਭਾਈ ਸਾਹਿਬ, ਮੈਂ ਕੀ ਲੈਣਾ? ਕਿੰਨਾ ਕੁ ਲੈਣਾ ਜੀ? ਇੱਕ ਬੱਚਾ, ਇੱਕ ਸਣੀ ਦੇ ਆ, ਇਹਨਾਂ ਦੇ ਗਾਂ ਬੱਚਿਆਂ ਵਾਸਤੇ ਵੀ ਇੰਤਜ਼ਾਮ ਕਰਤਾ, ਜੇ ਇਹ ਕਾਬਲ ਹੋਣਗੇ ਤਾਂ ਗਾਂ ਤੋਰ ਲੈਣਗੇ, ਜੇ ਇਹ ਜੇ ਇਹ ਨਲਾਇਕ ਹੋਏ ਬੱਚੇ ਤਾਂ ਜਿਹੜਾ ਅਸੀਂ ਬਣਾਇਆ ਇਹ ਵੀ ਉਜਾੜ ਦੇਣਗੇ, ਫਿਰ ਕਿਉਂ ਇੰਨਾ ਬਣਾਉਣਾ, ਨਾਲ ਲੈ ਜਾਵਾਂਗੇ, ਕੀ ਕਰਨਾ ਇੰਨਾ ਪੈਸਾ ਬਣਾ ਕੇ। ਬਹੁਤ ਬਹੁਤ ਧੰਨਵਾਦ, ਯੂ ਵੈਲਕਮ ਜੀ।